ਸਵਾਗਤ ਹੈ ਤੁਹਾਡਾ ਸਭ ਦਾ ਤੁਹਾਡੇ ਆਪਣੇ YouTube ਚੈਨਲ ਦੇ ਵਿੱਚ ਜਿਸ ਦਾ ਨਾਮ ਹੈ ਮਿੱਤ ਜੰਦਲ ਪਿਆਰੇ ਵਿਦਿਆਰਥੀਓ ਇਹ ਵੀਡੀਓ ਉਹਨਾਂ ਦੇ ਲਈ ਮਹੱਤਵਪੂਰਨ ਹੈ ਜਿਨ੍ਹਾਂ ਨੇ ਹਰਿਆਣਾ ਟੀਚਰ एलिजिਬਿਲਿਟੀ ਟੈਸਟ ਐਚ ਟੈਟ ਲੈਵਲ 1 2 ਜਾਂ 3 ਭਰਿਆ ਹੋਇਆ ਹੈ ਹਰਿਆਣਾ ਬੋਰਡ ਦੇ ਤਰਫ ਤੋਂ ਇੱਕ ਪ੍ਰੈਸ ਨੋਟ ਜਾਰੀ ਕੀਤਾ ਗਿਆ ਹੈ ਜਿਦੇ ਵਿੱਚ ਦੱਸਿਆ ਗਿਆ ਕਿ ਜੋ ਐਚ ਟੈਟ ਦੀ ਪ੍ਰੀਖਿਆ ਹੋਣੀ ਹੈ 2020 ਜੋ ਕਿ 2 ਜਨਵਰੀ 2021 ਅਤੇ 3 ਜਨਵਰੀ 2021 ਨੂੰ ਹੋਣੀ ਹੈ ਉਹਦੇ ਨਾਲ ਸੰਬੰਧਿਤ ਬਹੁਤ ਹੀ ਮਹੱਤਵਪੂਰਨ ਇਨਫੋਰਮੇਸ਼ਨ ਹੈ ਤਾਂ ਦੇ ਵਿੱਚ ਦੱਸਿਆ ਕਿ ਜਿੰਨਾ ਵਿਦਿਆਰਥੀਆਂ ਨੇ ਲੈਵਲ 1 ਲੈਵਲ 2 ਜਾਂ ਲੈਵਲ 3 ਦੇ ਲਈ ਅਪਲਾਈ ਕੀਤਾ ਸੀ ਉਹਨਾਂ ਦਾ ਪੇਪਰ 2 ਜਨਵਰੀ ਅਤੇ 3 ਜਨਵਰੀ ਨੂੰ ਕਰਵਾਇਆ ਜਾ ਰਿਹਾ ਹੈ ਤੇ ਜਿਹੜੇ ਵਿਦਿਆਰਥੀ ਨੇ ਇਹਨਾਂ ਦੇ ਐਡਮਿਟ ਕਾਰਡ ਨੇ ਜੋ ਉਹ ਵੈਬਸਾਈਟ ਦੇ ਉੱਪਰ ਅੱਜ ਦੀ ਮਿਤੀ ਤੋਂ 23 12 2020 ਤੋਂ ਉਪਲਬਧ ਹੋ ਜਾਣਗੇ ਤੇ ਸਾਰੇ ਹੀ ਕੈਂਡੀਡੇਟ ਨੇ ਜੋ ਐਡਮਿਟ ਕਾਰਡ ਦੇ ਉੱਪਰ ਦਰਸਾਏ ਗਏ ਨਿਰਦੇਸ਼ਾਂ ਨੂੰ ਧਿਆਨ ਦੇ ਨਾਲ ਪੜਨ ਤੇ ਉਹਨਾਂ ਦੇ ਪੱਲਨੇ ਪੱਲਨਾ ਕਰਨ ਨੂੰ ਸੁਨਿਸ਼ਚਿਤ ਕਰਨ ਤਾਂ ਮੇਨ ਇਨਫੋਰਮੇਸ਼ਨ ਇਹੀ ਹੈ ਕਿ ਜੋ ਐਡਮਿਟ ਕਾਰਡ ਨੇ ਉਹ ਅੱਜ ਜਾਰੀ ਹੋ ਜਾਣਗੇ ਪੇਪਰ ਹੈ ਜੋ ਉਹਨਾਂ ਦਾ 2 ਜਨਵਰੀ ਅਤੇ 3 ਜਨਵਰੀ ਨੂੰ ਹੋਵੇਗਾ ਇਹ 2 ਜਨਵਰੀ ਨੂੰ ਹੋਵੇਗਾ ਜਾਂ 3 ਜਨਵਰੀ ਨੂੰ ਇਹ ਤੁਹਾਡੇ ਐਡਮਿਟ ਕਾਰਡ ਦੇ ਉੱਪਰ ਦਰਸਾ ਦਿੱਤਾ ਜਾਵੇਗਾ ਤੇ ਧਿਆਨ ਰੱਖਣਾ ਜੀ ਇਹ ਕਿ ਜਿਹੜਾ ਤੁਸੀਂ ਐਡਮਿਟ ਕਾਰਡ ਲੈ ਕੇ ਜਾਣਾ ਉਹ ਪ੍ਰਿੰਟ ਰੰਗीन ਫੋਟੋ ਦੇ ਸਾਥ ਭਾਵ ਰੰਗीन ਕਲਰ ਦੇ ਵਿੱਚ ਉਹ ਲੈ ਕੇ ਜਾਣਾ ਤੁਸੀਂ ਤੇ ਨਾਲ ਦੀ ਨਾਲ ਕਿਹਾ ਗਿਆ ਕਿ ਜਿਹੜੇ ਕੈਂਡੀਡੇਟ ਨੇ ਇਹ ਅਵੇਦਨ ਕਰਦੇ ਹੋਏ ਜਿਹੜਾ ਪੰਜੀਕ੍ਰਿਤ ਕਰਵਾਇਆ ਸੀ ਫੋਟੋ ਪਛਾਣ ਕਾਰਡ ਜੋ ਤੁਸੀਂ ਪ੍ਰੂਫ ਆਈਡੀ ਪ੍ਰੂਫ ਲਾਇਆ ਸੀ ਉਦੋਂ ਉਹ ਤੁਸੀਂ ਪ੍ਰਵੇਸ਼ ਪੱਤਰ ਦੇ ਉੱਪਰ ਵੀ ਲਿਖਿਆ ਹੋਇਆ ਵੀ ਕਿਹੜਾ ਪਛਾਣ ਪੱਤਰ ਤੁਸੀਂ ਲਾਇਆ ਸੀ ਉਹ ਅਸਲੀ ਦੇ ਵਿੱਚ ਤੁਸੀਂ ਉਸ ਪ੍ਰੀਖਿਆ ਕੇਂਦਰ ਦੇ ਵਿੱਚ ਲੈ ਕੇ ਜਾਣਾ ਪ੍ਰੀਖਿਆ ਸ਼ੁਰੂ ਹੋਣ ਤੋਂ 2 ਘੰਟੇ 10 ਮਿੰਟ ਪਹਿਲਾਂ ਪ੍ਰੀਖਿਆ ਕੇਂਦਰ ਦੇ ਉੱਪਰ ਪਹੁੰਚਣਾ ਬਹੁਤ ਜ਼ਰੂਰੀ ਹੈ ਇਸ ਤਰ੍ਹਾਂ ਦੀਆਂ ਹੋਰ ਇਨਫੋਰਮੇਸ਼ਨ ਹੈ ਜੋ ਸਾਰੀਆਂ ਤੁਸੀਂ ਇਹਦੇ ਵਿੱਚ ਦੇਖ ਸਕਦੇ ਹੋ ਕੇਂਦਰ ਬਦਲਣ ਦੀ ਕਿਸੇ ਨੂੰ ਅਨੁਮਤੀ ਨਹੀਂ ਹੋਵੇਗੀ ਕਿਹੜੀ-ਕਿਹੜੀ ਚੀਜ਼ ਤੁਸੀਂ ਨਹੀਂ ਲੈ ਜਾ ਸਕਦੇ ਸਾਰੀਆਂ ਚੀਜ਼ਾਂ ਦੇ ਬਾਰੇ ਡਿਟੇਲ ਦੇ ਵਿੱਚ ਇਹਦੇ ਵਿੱਚ ਦੱਸਿਆ ਗਿਆ ਹੈ ਤਾਂ ਜੋ ਤੁਹਾਡਾ ਐਡਮਿਟ ਕਾਰਡ ਹੈ ਉਹਦੇ ਨਾਲ ਵੀ ਇਹਦਾ ਪ੍ਰਿੰਟ ਨਿਕਲੇਗਾ ਤਾਂ ਤੁਸੀਂ ਇਹਦੇ ਅਕੋਰਡਿੰਗ ਜੋ ਚੀਜ਼ਾਂ ਨਹੀਂ ਲੈ ਕੇ ਜਾਣੀਆਂ ਨਹੀਂ ਲੈ ਕੇ ਜਾਣੀਆਂ ਤਾਂ ਮੇਨ ਇਹਦੇ ਵਿੱਚ ਕਿ ਮਾਸਕ ਤੋਂ ਬਿਨਾ ਪ੍ਰੀਖਿਆ ਕੇਂਦਰ ਦੇ ਵਿੱਚ ਬੈਠਣ ਦੀ ਇਜਾਜ਼ਤ ਨਹੀਂ ਹੈ ਤਾਂ ਤੁਸੀਂ ਆਪਣਾ ਮਾਸਕ ਜ਼ਰੂਰ ਲੈ ਕੇ ਜਾਈਓ ਤਾਂ ਪੇਪਰ ਜਿਹੜਾ ਉਹ ਉਹਦੇ ਰੋਲ ਨੰਬਰ ਅੱਜ ਵੈੱਬਸਾਈਟ ਦੇ ਉੱਪਰ ਆ ਜਾਣਗੇ ਤੇ 2 ਤੇ 3 ਜਨਵਰੀ ਨੂੰ ਪੇਪਰ ਹੈ ਮਾਸਟਰ ਯੂਜੀ ਮਾਸਟਰ ਕਾਟਰ ਪੰਜਾਬੀ ਯੂਜੀਸੀ ਐਨਟੀਏ ਨੈਟ ਐਚਟੈਟ ਲੈਵਲ 2 ਲੈਵਲ 3 ਪੰਜਾਬੀ ਵਿਸ਼ੇ ਦੀ ਤਿਆਰੀ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ H2 ਤੇ ਲੈਵਲ 2 ਤੇ ਲੈਵਲ 3 ਨਾਲ ਸੰਬੰਧਿਤ ਮੌਕ ਟੈਸਟ ਨੇ ਜੋ ਇਸ YouTube ਚੈਨਲ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਤਾਂ ਪਿਆਰੇ ਵਿਦਿਆਰਥੀਓ ਜੇਕਰ ਤੁਸੀਂ ਪਹਿਲੀ ਵਾਰ ਚੈਨਲ ਦੇ ਨਾਲ ਨਵੇਂ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਕਮੈਂਟ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ